ਸੰਨੀ ਦਿਓਲ ਦੇ ਚੋਣ ਵਾਲਿਆਂ ਨੇ ਜਦੋਂ ਸੰਨੀ ਦਿਓਲ ਦੇ ਮੂੰਹੋਂ ਹਿੰਦੁਸਤਾਨ ਜ਼ਿੰਦਾਬਾਦ ਹੈ ਉਹ ਜ਼ਿੰਦਾਬਾਦ ਰਹੇਗਾ ਵਾਲਾ ਡਾਇਲੋਗ ਸੁਣਿਆ ਤਾਂ ਨੌਜਵਾਨਾਂ ਨੇ ਪੂਰੇ ਜੋਸ਼ ਦੇ ਵਿੱਚ ਆ ਕੇ ਸੰਨੀ ਦਿਓਲ ਦੇ ਇਹਨਾਂ ਡਾਇਲੋਗਸ ਦਾ ਜਵਾਬ ਦਿੱਤਾ ਅਤੇ ਸੰਨੀ ਦਿਓਲ ਦੇ ਨਾਲ ਹਿੰਦੁਸਤਾਨ ਜ਼ਿੰਦਾਬਾਦ ਦੇ ਖੂਬ ਨਾਰੇ ਲਗਾਏ। ਤੁਸੀਂ ਵੀ ਸੁਣੋ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਸੰਨੀ ਵੱਲੋਂ ਬੋਲੇ ਇਹਨਾਂ ਡਾਇਲੋਗਸ ਨੂੰ। ਜ਼ਿਕਰਯੋਗ ਹੈ ਕਿ ਸੰਨੀ ਦਿਓਲ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਟਿਕਟ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਵੀਰਵਾਰ ਤੋਂ ਸੰਨੀ ਦਿਓਲ ਵੱਲੋਂ ਕੀਤੇ ਜਾ ਰਹੇ ਰੋਡ ਸ਼ੋਅ ਮੌਕੇ ਜਿਸ ਤਰ੍ਹਾਂ ਸੰਨੀ ਦੇ ਫੈਨਸ ਦੀ ਭੀੜ ਇਕੱਠੀ ਹੋ ਰਹੀ ਹੈ ਉਸ ਤੋਂ ਵਿਰੋਧੀਆਂ ਦੇ ਚਿਹਰਿਆਂ ਦੀ ਰੌਣਕ ਫਿੱਕੀ ਪੈਂਦੀ ਤਾਂ ਜ਼ਰੂਰ ਨਜ਼ਰ ਆ ਰਹੀ ਹੈ। ਪਰ ਇਹ ਭੀੜ ਵੋਟਾਂ ਵਿੱਚ ਤਬਦੀਲ ਹੋਵੇਗੀ ਜਾਂ ਨਹੀਂ ਇਸ ਦਾ ਪਤਾ 23 ਮਈ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੀ ਲੱਗੇਗਾ। ਪਠਾਨਕੋਟ ਤੋਂ ਗੁਰਪ੍ਰੀਤ ਮਹਿਤਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563।